ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਸੋ ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਆਲ 'ਤੇ ਸੈੱਟ ਕਰ ਲਿਓ ਦੋਸਤੋ। ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਦੋਸਤੋ, ਆਪਾਂ ਅੱਜ ਜਿਹੜੀਆਂ ਲੈ ਕੇ ਆਏ ਹਾਂ ਜੀ, ਇਹ ਇੱਕ ਮੱਝ ਹੈਗੀ ਹੈ ਦੋਸਤੋ, ਇੱਕ ਝੋਟੀ ਆ, ਪਹਿਲਾਂ ਸੂਈ ਜਿਹੜੀ ਇਹਨਾਂ ਦੀ ਡਿਟੇਲ ਆ ਦੋਸਤੋ ਆਪਾਂ ਵੀਰ ਹੋਣਾ ਤੋਂ ਜ਼ਰੂਰ ਪੁੱਛ ਲਵਾਂਗੇ। ਉਸ ਤੋਂ ਪਹਿਲਾਂ ਜਿਹੜਾ ਏਰੀਆ ਉਹ ਵੀ ਆਪਾਂ ਵੀਰ ਹੋਣਾ ਤੋਂ ਪੁੱਛ ਲੈਂਦੇ ਹਾਂ ਵੀ ਇਹ ਜਿਹੜਾ ਏਰੀਆ ਲੋਕੇਸ਼ਨ ਜਿਹੜੀ ਪੈ ਜਾਂਦੀ ਹੈ ਜੀ, ਇਹ ਕਿੱਥੇ ਆ। ਸੋ ਆਪਾਂ ਗੱਲ ਕਰਦੇ ਹਾਂ ਜੀ ਵੀਰ ਜੀ ਨਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਵੀਰ ਜੀ, ਆਪਣੇ ਨਾਮ ਦੇ ਨਾਲ ਨਾਲ ਸਾਨੂੰ ਜਿਹੜਾ ਐਡਰੈਸ ਆਪਣਾ ਬਿਲਕੁਲ ਕੰਪਲੀਟ ਜ਼ਰੂਰ ਦੱਸ ਦਿਓ ਜੀ। ਹਾਂਜੀ, ਮੇਰਾ ਨਾਮ ਜਗਰਾਜ ਸਿੰਘ ਹੈ ਜੀ। ਠੀਕ ਹੈ। ਡੈਡੀ ਦਾ ਨਾਮ ਸਰਦਾਰ ਸੂਬਾ ਸਿੰਘ ਹੈ ਜੀ। ਠੀਕ ਹੈ। ਪਿੰਡ ਆਪਣਾ ਵਾਰਸਾਲਾ ਜੱਟਾਂ ਹੈ ਜੀ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਪੈ ਜਾਂਦਾ ਜੀ। ਇਹ ਮੋਗਾ ਤੋਂ ਜਿਹੜਾ ਮਹੂ ਰੋਡ ਨਾ, ਉਹਦੇ ਕੋਲ ਪਿੰਡ ਪੈਂਦਾ ਜੀ ਪੀਰ ਮੁਹੰਮਦ। ਠੀਕ ਹੈ ਜੀ। ਉਹਦੇ ਕੋਲ ਆ ਜਾਂਦਾ ਵਾਰਸਾਲਾ ਜੱਟਾਂ। ਠੀਕ ਹੈ ਠੀਕ ਹੈ। ਤੇ ਜਿਹੜੇ ਮੋਬਾਈਲ ਨੰਬਰ ਹੈ ਜੀ, ਸਾਨੂੰ ਦੱਸ ਦਿਓ ਜੀ। ਹਾਂਜੀ, 9592-96502। ਇੱਕ ਨੰਬਰ ਹੋਰ ਨੋਟ ਕਰ ਲਿਓ, 9592-98502। ਠੀਕ ਹੈ ਜੀ। ਸੋ ਵੀਰ ਜੀ, ਜਿਹੜੀ ਆਪਾਂ ਇਹ ਪਹਿਲੀ ਝੋਟੀ ਹੈ ਤੇ ਕੀ ਡਿਟੇਲ ਹੈਗੀ ਆ, ਸਾਨੂੰ ਇਹ ਵੀ ਦੱਸ ਦਿਓ ਜੀ। ਹਾਂਜੀ, ਇਹ ਪਹਿਲੇ ਸੂਏ ਸੂਈ ਹੋਈ ਆ ਜੀ। ਠੀਕ ਆ। ਤੇ ਮੂੰਹੋਂ 6 ਦੰਦ ਆ ਜੀ। ਠੀਕ ਆ ਜੀ। ਤੇ ਅੱਜ 24-25 ਦਿਨ ਹੋ ਗਏ ਤਕਰੀਬਨ ਸੂਈ ਨੂੰ। ਠੀਕ ਆ ਜੀ। ਕੱਟੀ ਆ ਮਗਰ, ਨੀਲੀ ਰੰਗ ਦੀ ਕੱਟੀ ਆ ਗਈ ਮਗਰ। ਠੀਕ ਆ। ਤੇ ਉਹਨਾਂ ਟੀਕਾ ਚੰਗਾ ਵਧੀਆ ਭਰਵਾਇਆ ਸੀ। ਠੀਕ ਆ। 800 ਦਾ ਟੀਕਾ ਉਹਨਾਂ ਕਹਿ ਕੇ ਸਾਨੂੰ ਦੱਸਿਆ ਵੀ 800 ਦਾ ਟੀਕਾ ਹੀ ਭਰਵਾਇਆ ਸੀ ਇਹਦੇ। ਠੀਕ ਆ। ਸੋ ਦੋਸਤੋ, 25 ਦਿਨ ਹੋ ਗਏ ਹਨ ਇਹ ਝੋਟੀ ਸੂਈ ਨੂੰ, ਤੇ ਮਗਰ ਇਸਦੇ ਜਿਹੜੀ ਕੱਟੀ ਹੈਗੀ ਹੈ ਉਹ ਨੀਲੀ ਰਾਵੀ ਦੀ ਕੱਟੀ ਆ। ਨਿਸ਼ਾਨ ਤੁਸੀਂ ਵੇਖ ਸਕਦੇ ਹੋ, ਚਾਰੇ ਜਿਹੜੇ ਆਪਣੇ ਖੋਰ ਆ, ਪੈਰ ਆ ਧੋਤੇ, ਹੈ ਨਾ ਦੋਸਤੋ। ਮੱਥਾ ਵੇਖ ਸਕਦੇ ਹੋ, ਬੱਲਾ ਕੱਟੀ ਦਾ, ਅੱਖ ਬਿੱਲੀ ਹੈਗੀ ਆ, ਨਿਸ਼ਾਨ ਬੱਗੀ ਨਾਸ ਤੁਸੀਂ ਨੋਟ ਕਰ ਸਕਦੇ ਹੋ, ਮਗਰ ਜਿਹੜੀ ਕੱਟੀ ਆ ਨੀਲੀ ਰਾਵੀ ਦੇ ਵਿੱਚ। ਸੋ ਵੀਰ ਜੀ, ਜਿਹੜਾ ਮਿਲਕ ਆ ਇਸ ਝੋਟੀ ਦਾ ਕਿੰਨਾ ਹੈ ਜੀ? ਮਿਲਕ ਇਸ ਟਾਈਮ 9-10 ਕਿਲੋ ਹੈਗਾ ਜੀ। ਠੀਕ ਹੈ ਜੀ। ਇਹ ਥੋੜ੍ਹਾ ਜਿਹਾ ਜੀ ਨਹੀਂ ਲਾਇਆ ਇਹਨੇ ਝੋਟੀ ਨੇ, ਆਈ ਥੋੜ੍ਹੀ ਘਰਾਂ 'ਚ ਬਹੁਤ ਪਿਆਰ ਨਾਲ ਪਾਲੀ ਜੀ। ਠੀਕ ਹੈ ਜੀ। ਜੀ ਨਹੀਂ ਲਾਇਆ ਇਹਨੇ ਝੋਟੀ, ਪੱਠੇ ਜਮਾ ਹੀ ਨਹੀਂ ਖਾਦੇ। ਕੱਲ੍ਹ ਆਪਣੇ ਕੋਲ ਸ਼ਾਮੀ ਆਈ 6 ਵਜੇ। ਠੀਕ ਹੈ ਜੀ। ਠੀਕ ਆ, ਥੋੜ੍ਹਾ ਜਿਹਾ ਘਟੇਗੀ ਦੁੱਧ ਜੀ ਮੇਰੇ ਹਿਸਾਬ ਨਾਲ। ਠੀਕ ਆ। ਅਤੇ ਬਾਕੀ ਦੁੱਧ ਆਪਾਂ ਚੋਇਆ ਸੀ ਰਾਤ, 4.5-5 ਕਿਲੋ। ਇਸ ਟਾਈਮ ਇੱਕ ਡੰਗ ਦਾ 4.5-5 9 ਤੋਂ ਮੰਨ ਕੇ 10 ਦੇ ਵਿੱਚ ਵਿੱਚ। ਠੀਕ ਆ। ਸੋ ਦੋਸਤੋ, ਤੁਸੀਂ ਬਾਈ ਹੋਰਾਂ ਦੀ ਗੱਲ ਸੁਣ ਲਈ ਆ ਵੀ 10 ਲੀਟਰ ਤਕਰੀਬਨ ਇਸ ਟਾਈਮ ਜਿਹੜਾ ਰੈਡੀ ਹੈਗਾ ਥੱਲੇ ਮਿਲਕ। ਬਾਕੀ ਮੌਕੇ 'ਤੇ ਤੁਸੀਂ ਚਵਾਈ 2 ਡੰਗ ਦੀ ਜ਼ਰੂਰ ਕਰ ਸਕਦੇ ਹੋ, 3 ਡੰਗ ਦੀ ਚਵਾਈ ਬਾਈ ਹੋਣੀ। ਆ ਪਹਿਲਾਂ ਵੀ ਵੀਡੀਓ ਵੀਰ ਹੋਣਾਂ ਦੀਆਂ ਪਾਈਆਂ, ਕਾਫੀ ਵਧੀਆ ਮਤਲਬ ਕਲੀਅਰ ਕੱਟ ਗੱਲ ਬਾਈ ਹੋਣੀ ਕਰਦੇ ਹਨ। ਸੋ ਜਿਹੜੇ ਮੇਰੇ ਵੀਰ ਦੂਰੋਂ ਜਿਹੜੇ ਆਉਣ, ਹਾਂਜੀ, ਪੂਰ ਨਹੀਂ ਚੱਟਾ ਨਹੀਂ ਕੋਈ, ਜਿਵੇਂ ਮਰਜ਼ੀ ਉਹਦਾ ਚੋਈ ਜਾਵੇ, ਹਾਂਜੀ, ਕੱਲਾ ਕੱਲਾ ਥਾਨ ਲੱਗਾ ਗੇਟ ਗੇਟ ਦੀ ਵਰ, ਹਾਂਜੀ। ਸੋ ਦੋਸਤੋ, ਆਰਡਰ ਤੁਸੀਂ ਵੇਖ ਸਕਦੇ ਹੋ, ਕਾਫੀ ਸੋਹਣਾ ਆਰਡਰ ਆ ਝੋਟੀ ਦਾ ਤਿਆਰ ਹੈਗਾ, ਹਾਂਜੀ। ਬਾਕੀ ਥਾਨ ਦੀ ਚਵਾਈ ਪੋਲੀ ਆ ਬਿਲਕੁਲ ਜੀ, ਹਾਂਜੀ ਬਿਲਕੁਲ। ਅਜੇ ਤਾਂ ਨਾ 11 ਕੁ ਵਜੇ ਆ ਤੇ ਬਣਿਆ ਨਹੀਂ ਹਲੇ ਆਰਡਰ, ਹਾਂਜੀ, ਸ਼ਾਮ ਨੂੰ ਪੂਰਾ ਫਸ ਜੂਗੀ ਥੱਲੇ। ਠੀਕ ਆ ਜੀ। ਮੂੰਹੋਂ ਛਿੱਗੀ ਹੈ ਨਾ ਜੀ? ਹਾਂ ਛਿੱਗੀ। ਹਾਂ, ਥੋੜ੍ਹਾ ਜਿਹਾ ਖੋਲ ਕੇ ਵੀਰ ਜੀ ਨੂੰ ਤੋਰ ਲਈਏ ਆਪਾਂ। ਦੋਸਤੋ, ਥਣ ਹਵਾਨੇ ਦੀ ਬਿਲਕੁਲ ਸਾਫ਼ ਹੈਗੀ ਆ। ਲਿਆਓ ਲਿਆਓ। ਸੋ ਵੀਰ ਜੀ, ਬਿਲਕੁਲ ਥਣ ਵਾਨੇ ਦੀ ਸਾਫ਼ ਹੈਗੀ ਇਹ ਝੋਟੀ,
ਫਿਰ ਉਹਨਾਂ ਦੀ ਮਾਂ ਵੀ ਇਹਦੀ ਉਹਨਾਂ ਕੋਲ ਹੈਗੀ ਸੀ ਜਿਹਨਾਂ ਦੇ ਲੈਂਦੀ ਆਪਾਂ, ਠੀਕ ਆ ਜੀ, ਤੇ 14-15 ਕਿਲੋ ਦੁੱਧ ਕੱਢਦੀ ਇਸ ਟਾਈਮ ਚੌਥੇ ਸਵੇਰ ਮੱਝ ਉਹ, ਠੀਕ ਆ ਜੀ, ਇਹਦੀ ਜਿਹੜੀ ਮਦਰ ਆ 14 ਲੀਟਰ ਦੁੱਧ ਇਸ ਟਾਈਮ ਦੇ ਰਹੀ ਆ, ਛੁੱਟੀਆਂ ਵੀ ਦੂਜੇ ਸਵੇਰ 13 ਕਿਲੋ ਦੁੱਧ ਆਰਾਮ ਨਾਲ ਦਊਗੀ, ਠੀਕ ਆ ਜੀ, 10-9 10 ਹੋਣ ਵੀ ਤਿਆਰ, ਠੀਕ ਆ ਜੀ, ਠੀਕ ਆ ਜੀ। ਸੋ ਵੀਰ ਜੀ, ਜਿਹੜੇ ਚਾਹਵਾਨ ਵੀਰ ਹੋਣ ਇਸ ਝੋਟੀ ਖਰੀਦਣ ਦੇ, ਉਹ ਬੇਸ਼ੱਕ ਵੀਰ ਜੀ ਨੂੰ ਕਾਲ ਕਰ ਸਕਦੇ ਹਨ। ਇੱਕ ਵਾਰੀ ਮੋਬਾਈਲ ਨੰਬਰ ਵੀਰ ਜੀ ਸਾਨੂੰ ਫਿਰ ਬੋਲ ਕੇ ਦੱਸ ਦਿਓ ਆਪਣੇ। 9992-96502 ਇੱਕ ਨੰਬਰ, ਦੂਜਾ ਜੀ 9928-96502, ਠੀਕ ਆ ਜੀ। ਸੋ ਵੀਰ ਜੀ, ਦੋਨਾਂ ਨੰਬਰ ਤੁਹਾਡੇ ਤੱਕ ਪਹੁੰਚ ਗਏ ਹਨ, ਤੁਸੀਂ ਇਹਨਾਂ ਦੋਨਾਂ ਨੰਬਰਾਂ 'ਤੇ ਟਰਾਈ ਕਰਕੇ ਇਹ ਝੋਟੀ ਖਰੀਦ ਸਕਦੇ ਹੋ। ਬਾਕੀ ਜਿਹੜਾ ਮੁੱਲ ਹੈਗਾ ਵੀਰ ਹੋਣੀ ਉਹ ਵੀ ਦੱਸ ਦਿੰਦੇ ਨੇ ਮੁੱਲ ਵੀਰ ਜੀ, ਇਹਦਾ ਕੀ ਕਰਦੇ ਆਪਾਂ? ਮੁੱਲ ਇਸਦਾ 65,000 ਕਰਦੇ ਹਾਂ ਜੀ। ਠੀਕ ਆ ਜੀ, ਇਹ ਲੈਣ ਦੇਣੀ ਆ ਜਾਂ ਇਹਦੇ 'ਚ ਕੁਛ ਹੋ ਜਾਏਗਾ? ਕਰ ਦਿਆਂਗੇ ਕੋਈ ਮੌਕੇ 'ਤੇ, ਥੋੜ੍ਹਾ ਪਤਾ ਹੋਊਗਾ ਜ਼ਿਆਦਾ। ਠੀਕ ਆ ਜੀ। ਸੋ ਦੋਸਤੋ, 65,000 ਰੁਪਈਆ ਵੀਰ ਹੋਣਾ ਇਸਦਾ ਮੁੱਲ ਕੀਤਾ। ਸੋ ਜਿਹੜੇ ਚਾਹਵਾਨ ਵੀਰ ਹੋਣ ਆਪਣਾ ਖਰੀਦਣ ਦੇ, ਉਹ ਤੁਸੀਂ ਪਹੁੰਚ ਕਰਕੇ ਇਹ ਝੋਟੀ ਖਰੀਦ ਸਕਦੇ ਹੋ। ਅਤੇ ਜੇ ਆਪਾਂ ਵੀਰ ਜੀ ਅਗਲੀ ਇਸ ਝੋਟੀ ਦੀ ਗੱਲ ਕਰੀਏ, ਇਸ ਮੱਝ ਦੀ ਗੱਲ ਕਰੀਏ, ਤਾਂ ਇਹ ਵੀ ਤਕਰੀਬਨ ਦੱਸ ਦਿਓ ਵੀ ਇਹ ਕਿੰਨਵਾਂ ਸੂਬਾ ਸੂਈ ਹੈ ਜੀ? ਇਹ ਸੂਬੇ ਹੋਊਗੀ ਜੀ ਚੌਥੇ ਪੰਜਵੇਂ। ਪੰਜਵੇਂ ਸੂਬੇ ਹੋਵੇਗੀ ਜੀ? ਪੰਜਵੇਂ ਮੰਨ ਲਓ, ਤਾਂ ਚੌਥੇ ਹੋ ਜੇ, ਪੰਜਵੇਂ ਹੋ ਜੇ ਤੇ ਹੋਊਗੀ। ਠੀਕ ਆ ਜੀ, ਵੱਧ ਵੀ ਹੋ ਸਕਦੀ, ਘੱਟ ਵੀ ਹੋ ਸਕਦੀ। ਠੀਕ ਆ ਜੀ, ਇਹ ਕਿੰਨੇ ਦਿਨਾਂ ਦੀ ਸੂਈ ਹੈ ਜੀ? ਇਹ ਤਾਂ ਜੀ ਚੌਥਾ ਦਿਨ ਹੈ। ਠੀਕ ਆ, ਚੌਥਾ ਦਿਨ ਆ, ਮਗਰ ਇਸਦੇ ਵੀ ਕੱਟੀ ਹੈ ਨਾ ਜੀ? ਮਗਰ ਇਸਦੇ ਕੱਟੀ ਬਹੁਤ ਸੋਹਣੀ ਆਈ ਹੈ। ਠੀਕ ਆ ਜੀ, ਦੋਸਤੋ ਮਗਰ ਇਸਦੇ ਕੱਟੀ ਆ, ਪੰਜਵਾਂ ਸੂਬਾ ਇਹ ਮੱਝ ਸੂਈ ਆ। ਆ ਵੇਖ ਸਕਦੇ ਹੋ ਤੁਸੀਂ ਕੱਟੀ, ਨਿਸ਼ਾਨਾ ਜੀ ਵੀ ਚੰਗੀ ਹੈ, ਸੋਹਣੀ ਆ, ਮੱਝ ਥੋੜੀ ਲਿਸੀ ਹੋ ਕਰਕੇ ਕੱਟੀ ਥੋੜੀ ਨਿੱਕੀ ਦਿੱਤੀ ਇਹਨੇ। ਹਾਂਜੀ, ਉਦਾਂ ਟੀਕਾ ਉਹਨਾਂ ਕਹਿੰਦੇ ਸੀ ਚੰਗਾ ਜੀ। ਨਹੀਂ, ਸੋਹਣੀ ਚੰਗੀ ਕੱਟੀ ਹੈਗੀ ਆ। ਸੋ ਵੀਰ ਜੀ, ਇਹਦਾ ਦੁੱਧ ਜਿਹੜਾ ਇਸ ਟਾਈਮ ਕਿੰਨਾ ਕੁ ਤਿਆਰ ਹੈਗਾ? ਇਸ ਟਾਈਮ 7 ਕਿਲੋ ਬੋਲਾ ਤਿਆਰ ਹੋਊਗਾ ਪੱਕਾ। ਠੀਕ ਹੈ ਜੀ, 4 ਦਿਨ ਹੋ ਗਏ ਹਨ ਸੂਈ ਨੂੰ। ਹਾਂਜੀ, ਤੇ ਹਾਂਜੀ, ਕਿੰਨਾ ਬੋਲਾ ਦੱਸਿਆ ਜੀ? 7 ਕਿਲੋ ਪੱਕਾ। 7 ਕਿਲੋ ਬੋਲਾ ਤਿਆਰ ਆ ਜੀ। ਦੁੱਧ ਦੇ ਜੂਗੀ 9-9.5 ਇੱਥੇ ਦੇ ਜੂਗੀ। ਠੀਕ ਹੈ, ਠੀਕ ਆ। ਸੋ ਦੋਸਤੋ, ਇਹ ਕੋਈ ਆਪਾਂ ਜਵਾਨ ਨਹੀਂ ਮੱਝ ਕਵਾਂਗੇ, ਮਤਲਬ ਕਿ ਥੋੜ੍ਹਾ ਸੂਇਆਂ ਦੇ ਵਿੱਚ ਹੈਗੀ ਆ। ਜਿਹੜੇ ਮੇਰੇ ਵੀਰ ਘੱਟ ਪੈਸੇ ਲਾਉਣ ਦੇ ਚਾਹਵਾਨ ਹੋਣ, ਉਹ ਜ਼ਰੂਰ ਇਹ ਮੱਝ ਖਰੀਦ ਸਕਦੇ ਆ। ਬਿਲਕੁਲ ਓਕੇ, ਠੀਕ ਆ ਜੀ, ਠੀਕ ਆ। ਬਾਕੀ ਨੀਲੀ ਦੇ ਵਿੱਚ, ਇਹ ਦੋਸਤੋ ਨੀਲੀ ਰਾਵੀ ਦੇ ਵਿੱਚ ਇਹ ਮੱਝ ਮਿਕਸ ਦੇ ਵਿੱਚ ਪੈਂਦੀ ਹੈਗੀ ਆ। ਬਾਕੀ ਤੁਸੀਂ ਸਿੰਗ ਵੇਖ ਸਕਦੇ ਹੋ, ਬਣਤਰ ਖੁੱਲ੍ਹੀ ਆ। ਬਾਕੀ ਸੂਇਆਂ ਦੇ ਵਿੱਚ ਜ਼ਰੂਰ ਹੈਗੀ ਆ। ਜਿਹੜੇ ਵੀਰ ਘੱਟ ਪੈਸੇ ਲਾਉਣ ਦੇ ਚਾਹਵਨ ਹੋਣ, ਉਹ ਜ਼ਰੂਰ ਖਰੀਦ ਸਕਦੇ ਹਨ। 9 ਕਿਲੋ, ਠੀਕ ਆ ਜੀ। ਬਾਕੀ ਥਣ ਹਵਾਨਾ ਜਿਹੜਾ ਜੀ, ਥੋੜ੍ਹਾ ਜਿਹਾ ਇਹਦੇ ਬਾਰੇ ਸਾਨੂੰ ਚਾਨਣਾ ਪਾ ਦਿਓ ਵੀ ਇਹ ਥਣ ਸਾਰੇ ਵਧੀਆ ਚੱਲਦੇ ਨੇ ਜੀ? ਬਿਲਕੁਲ, ਚੁਆਈ ਤਾਰ ਬਿਲਕੁਲ ਪੋਲੀ ਆ ਜੀ। ਠੀਕ ਆ ਦੋਸਤੋ, ਪੁੱਛੋਂ ਪਿੱਛੋਂ ਲੰਡੀ ਹੈਗੀ ਆ, ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾ ਹੀ ਦਿੱਤਾ। ਬਾਕੀ ਜਿਹੜੇ ਮੇਰੇ ਵੀਰ, ਕਿਉਂਕਿ ਹਰ ਇੱਕ ਤਰ੍ਹਾਂ ਦਾ ਆਪਣਾ ਵੀਰ ਹੁੰਦਾ, ਕੋਈ ਕੋਈ ਚੀਜ਼ ਲੈਣ ਦਾ ਸ਼ੌਕੀਨ ਆ, ਕੋਈ ਕੋਈ ਚੀਜ਼। ਸੋ ਅੱਜ ਜਿਹੜੇ ਵੀਰ ਦੇ ਕੋਈ ਮੱਝ ਫਿੱਟ ਬਹਿੰਦੀ ਹੋਵੇ, ਤੁਸੀਂ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰਕੇ ਇਹ ਮੱਝ ਵੀ ਦੋਸਤੋ ਖਰੀਦ ਸਕਦੇ ਹੋ। ਸੋ ਵੀਰ ਜੀ, ਜਿਹੜਾ ਇਸਦਾ ਮੁੱਲ ਹੈ ਮੱਝ ਦਾ, ਆਪਣੀ ਪੰਜਵੇਂ ਸੂਬੇ ਵਾਲੀ ਦਾ, ਇਹਦਾ ਮੁੱਲ ਕਿੰਨਾ ਜੀ? ਇਹਦਾ ਮੁੱਲ 45,000 ਕਰਦੇ ਹਾਂ ਜੀ। ਠੀਕ ਹੈ ਜੀ, ਨੈੱਟ 45,000 ਇਹਦੇ 'ਚ ਹੋ ਜਾਏਗਾ ਥੋੜ੍ਹਾ ਬਹੁਤਾ? ਠੀਕ ਹੈ ਦੋਸਤੋ, ਇਸਦਾ ਮੁੱਲ ਜਿਹੜਾ 45,000 ਹੈਗਾ। ਜਿਹੜੇ ਵੀਰ ਮੇਰੇ ਚਾਹਵਾਨ ਹੋਣ ਇਹ ਮੱਝ ਖਰੀਦਣ ਦੇ, ਜ਼ਰੂਰ ਖਰੀਦ ਸਕਦੇ ਹਨ। ਨੰਬਰ ਜਿਹੜੇ ਹਨ ਵੀਰ ਜੀ, ਤੁਸੀਂ ਇੱਕ ਵਾਰੀ ਫਿਰ ਬੋਲ ਕੇ ਦੱਸ ਦਿਓ। ਹਾਂਜੀ, 9992-96502, ਇੱਕ ਹੋਰ ਜੀ 9928-96502। ਠੀਕ ਆ ਜੀ, ਇੱਕ ਵਾਰੀ ਖੋਲ੍ਹ ਕੇ ਇਹਨੂੰ ਵੀ ਆਪਾਂ ਮਾੜਾ ਵਿਖਾ ਦਈਏ ਜੀ। ਬਾਕੀ ਦੋਸਤੋ, ਜਿਹੜੀ ਥਣ ਦੀ ਹਵਾਨੇ ਦੀ ਬਣਤਰ ਹੈ, ਇਹ ਥੋੜ੍ਹਾ ਜਿਹਾ ਜਮਾਂਦਰੂ ਤੋਂ ਹੀ ਹੈ। ਬਾਕੀ ਜਿਹੜੇ ਥਣ ਬਿਲਕੁਲ ਵਧੀਆ ਚੰਗੇ ਚੱਲਦੇ ਹਨ, ਚਾਰੇ ਥਣ ਵਧੀਆ ਚੱਲਦੇ ਹਨ।
ਜਿਹੜੇ ਮੇਰੇ ਵੀਰ ਆਉਣ ਆਪਦੀ ਤਸੱਲੀ ਕਰ ਸਕਦੇ ਹਨ। ਬਿਲਕੁਲ ਬਿਲਕੁਲ, ਅਗਲੇ ਨਾ ਅਗਲੇ ਪਿਛਲੇ ਨਾ ਪਿਛਲੇ ਥਣ ਵੀਰ ਜੀ ਬਰਾਬਰ ਹਨ, ਜਿਵੇਂ ਮਰਜ਼ੀ ਜ਼ਿਆਦਾ ਲੀਟਰ ਲੈ ਲੈਣ, ਜਿਵੇਂ ਮਰਜ਼ੀ ਤਸੱਲੀ ਕਰ ਲੈਣ। ਠੀਕ, ਕੱਲਾ ਨਾ ਕੱਲਾ ਚੋਲ ਹੈ। ਠੀਕ ਹੈ, ਠੀਕ ਆ ਜੀ। ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ।